वाहेगुरू 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 वाहेगुरू। भावे भाई दवाई ले लो दूध नाल ले आ पुत्ता पहुंच के देखियो तो डुलना सेब काट के ले आ बेबे जी। हां ले आ दे सब्जी फिर कट लगने लकी पुत्त तेरे बेबे ठीक है। हाँ जी ठीक है हुन ता। अच्छा पुत्त चल चंगा भाभी जस्सा भाई उधर ले खेत गया है भाई इधर ले तो लाती जीरी परले खेत गया है। अच्छा रहोगे पुत्त अज मनी। हाँ बेबे रहांगे। चल चंगा पुत्त रह जाओ फिर अज। हाँ रहांगे। चल उरे धुप जी है पुत्त अंदर चल बड़ो भाभी का की हिसाब किताब बेबे हुण की हिसाब किताब होना ते पुत्त मेरी तो सारे नहीं लेंदी बाली गंदे जी नाले टकर गया पुत्त। होर पुत्त जस्से दस दे कर पुत्त जे मैं दस दी हाँ तो उस दी साइड लैंदा वो मेरी कितने मेर कराउंदा फिर जो आपदा ही भांडा माड़ा हो गया भीर बगानी धी नू की दोष है। मैं तो फिर जस्से दी माड़ी गल है ताही तो चंबल रही है जस्सा तो सौगा मैनू कहिंदा अके तेरी बथेरी सेवा करदी है भी तू माड़ी है तू नहीं चंगी हैगी शर्म आनी चाहिए फिर जस्से नू ਜਿਹੜਾ ਮਾਂ ਦੇ ਖਿਲਾਫ ਹੀ ਕਹੀ ਜਾਂਦਾ ਹੈਗਾ ਦੇਖ ਲੈ ਪੁੱਤ ਫਿਰ ਤੁਹਾਡੇ ਸਾਹਮਣੇ ਹੀ ਗੱਲਾਂ ਹੋਈ ਜਾਂਦੀਆਂ ਨੇ ਉਹਨੇ ਤਾਂ ਫਿਰ ਬੋਲਣਾ ਹੀ ਆ ਜਦੋਂ ਜੱਸਾ ਹੀ ਨਹੀਂ ਘੱਟ ਹੈਗਾ ਜੋ ਜੱਸਾ ਇੰਨੀ ਸਾਈਡ ਲੈਂਦਾ ਤੇਰੀ ਉਹਦਾ ਤਾਂ ਫਿਰ ਕੀ ਕਸੂਰ ਆ ਉਹਨੂੰ ਤਾਂ ਤੁਸੀਂ ਕੀ ਕਹਿ ਸਕਦੇ ਹੋ ਉਹ ਤਾਂ ਪੁੱਤ ਤੱਕ ਪੁੱਤ ਹੋਇਆ ਬੈਠਾ ਹੈ ਹੁਣ ਜਦੋਂ ਉਸੇ ਦੀ ਸਾਈਡ ਲੈਂਦਾ ਮੇਰੀ ਤਾਂ ਸਾਰੀ ਨਹੀਂ ਲੈਂਦੇ ਲੱਕੀ ਜੀਰੀ ਲਾ ਲਈ ਪੁੱਤ ਨਾ ਹੀ ਹਜੇ ਤਾਂ ਨਹੀਂ ਇਸ ਤਾਂ ਲੇਟ ਲਾ ਚਾਹ ਬਣਾ ਕੇ ਲਿਆ ਬਈ ਭਾਬੀ ਰੋਟੀ ਖਾ ਕੇ ਆਈ ਸੀ ਹੁਣੇ ਅਸ ਤਾਂ ਬਾਈ ਅੱਜ ਤੂੰ ਬਣਾ ਲਓ ਚਾਹ ਫਿਰ ਚਲ ਠੀਕ ਹੋ ਦੋ ਬਣਾ ਲਾਂਗੇ ਤੇ ਠਹਿਰ ਕੇ ਲਾਵਾਂਗੇ ਜੋ ਮੀਂਹ ਮੂ ਪੈ ਗਿਆ ਨਾ ਕੋਈ ਫੇਰ ਲਾਵਾਂਗੇ ਪੁੱਤ ਹਾਈਬ੍ਰਿਡ ਲਾਉਂਦੇ ਹੋਗੇ ਤੁਸੀਂ ਤਾਂ ਫਿਰ ਹਾਂ ਜੀ ਇਸ ਤਾਂ ਹਾਈਬ੍ਰਿਡ ਹੀ ਲਾਉਣੀ ਠੀਕ ਹੈ ਉਹ ਤਾਂ ਪਛੇਤੀ ਵਧੀਆ ਹੁੰਦੀ ਹੈ ਹਾਂ ਜੀ ਹੁਣ ਤਾਂ ਫਿਰ ਐ ਨਾ ਹਾਈਬ੍ਰਿਡ ਬੀਜ ਨੇ ਸਾਰੇ ਅਗੇਤੀ ਲਾ ਲਓ ਪਛੇਤੀ ਲਾ ਲਓ ਆ ਤਾਂ ਇੱਕੋ ਟਾਈਮ ਜੇ ਦੀ ਜਾਂਦੀਆਂ ਨੇ ਮੈਂ ਵੀ ਇਹ ਨਾ ਮੂੰਹ ਕਨੇ ਦੇਖਨੇ ਬੇਬੇ ਨਹੀਂ ਚੱਕ ਕੇ ਝੋਲਾ ਮੇਰੇ ਕੋਲ ਆ ਜੀ ਤੁਰੇ ਫਿਰਨ ਦੇ ਇਹਨਾਂ ਨੂੰ ਫਿਰ ਕੋਈ ਨਾ ਪੁੱਤ ਮੈਂ ਦੇਖਦੀ ਆ ਇਹਨਾਂ ਦੇ ਮੂੰਹ ਕਨੇ ਜਿਹੜੇ ਮੇਰੇ ਲਵੇ 2 ਕਿੱਲੇ ਨੇ ਫਿਰ ਮੈਂ ਦੇਹੀ ਖੜੀਆਂ ਇਹਨਾਂ ਨੂੰ ਪਾਣੀ ਤਾਂ ਪੋਲਾਂ ਦੇ ਹੇਠ ਦੇ ਹੀ ਟੱਪਣਾ ਜੋ ਤੇਰੇ ਕੋਈ ਪੁੱਛ ਗਿੱਛ ਨਹੀਂ ਕਰਦਾ ਫਿਰ 2 ਕਿੱਲੇ ਨੇ ਜ਼ਰੂਰੀ ਦੇਣੇ ਨੇ 2 ਕਿੱਲੇ ਕੀ ਆਈ ਬਣਦੇ ਨੇ 50 ਲੱਖ ਦੇ ਨੇ ਜੇ ਨਹੀਂ ਪੁੱਛ ਗਿੱਛ ਕਰਦੇ ਫਿਰ ਅਸੀਂ ਕਿਹੜਾ ਮਰ ਗਏ ਸਾਡੇ ਕੋਲ ਆ ਜੀ ਤੂੰ ਫੁੱਲਾਂ ਵਾਂਗੂ ਰੱਖਾਂਗੇ ਤੈਨੂੰ ਚੰਗਾ ਪੁੱਤ ਜਿਉਂਦਾ ਰਹਿ ਮੈਂ ਤਾਂ ਮਾੜਾ ਜਿਹਾ ਬਹਾਨਾ ਨਹੀਂ ਭਾਲਦੀਆਂ ਮੈਂ ਤਾਂ ਉਹਦੀ ਆ ਜੂ ਝੋਲਾ ਚੱਕ ਕੇ ਮੈਨੂੰ ਤਾਂ ਤੁਹਾਡਾ ਜੱਸੇ ਨਾਲ ਵੱਧ ਸਹਾਰਾ ਹੈ ਤੂੰ ਹੀ ਮੇਰਾ ਪੁੱਤ ਹੈ बेबे मैनू फोन कर दिंदे जो आए सी मैं पहला आ जांदा मां चल आ जाणगे मैं चाह लेके गया चल मैं चाह लैण भी आऊ दुबारे भी आंदी ਰਹਿਣਾ ਤਾਂ ਸੀਗਾ ਬਈ ਤਾਂ ਕਰਕੇ ਨਹੀਂ ਬੁਲਾਇਆ ਮੈਂ ਕਿਹਾ ਚਲ ਆਈ ਅੱਛਾ ਰਹੂਗੇ ਠੀਕ ਕੋਈ ਨਾ ਹੋਣਾ ਰਹੋ ਰਹੋ ਹੋਰ ਦੱਸੋ ਫਿਰ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਪਿੰਡ ਵਾਲੇ ਲੇਬਰ ਤੋਂ ਹੀ ਲਵਾਉਣੇ ਕੋ ਵੀ ਗਏ ਤੋ ਨਾ ਪਿੰਡ ਵਾਲੇ ਨੇ ਅੱਛਾ ਹਾਂ ਉਹ ਪਿੰਡ ਵਾਲੇ ਦਾ ਫਾਇਦਾ ਹੀ ਆਪਦੇ ਦਾ
ਹੋਰ ਪਿੰਡ ਚ ਹੀ ਫਾਇਦਾ ਫਿਰ ਲਵਾਉਣ ਦਾ ਤਾਂ ਬਈ ਇਹ ਤਾਂ ਉੱਥੇ ਯੂਪੀ ਬਹੁਤ ਜਰਨਗੇ ਮਗਰੋਂ ਮੱਚੀ ਜਾਵੇ ਫਿਰ ਵੀ ਔਖਾ ਹੈ ਪਿੰਡ ਦਾ ਨਾਲੇ ਪਿੰਡ ਦਾ ਹੀ ਫਾਇਦਾ ਹੁੰਦਾ ਪਿੰਡ ਦਾ ਪੈਸਾ ਪਿੰਡ 'ਚ ਤਾਂ ਰਹੇ ਸੌ ਦੁੱਖ ਤੋਂ ਸੁੱਖ 'ਚ ਕੰਮ ਆਉਂਦਾ ਅਗਲਾ ਮੈਂ ਚਾਰ ਨੂੰ ਕਹਿਦਿਆਂ ਹੈ ਪੁੱਤ ਮਾਰੀ ਮਿਰਚਾਂ ਬਲਾ ਹੀ ਲੱਗੀਆਂ ਨੇ ਆਪਣੇ ਲੈ ਜੀ ਪੁੱਤ ਤੂੰ ਵੀ ਕੱਲ੍ਹ ਨੂੰ ਜਾਵੇਂਗੀ ਹਾਂ ਮਿਰਚਾਂ ਤਾਂ ਬਾਲ ਵੀ ਲੱਗ ਰਹੀਆਂ ਨੇ ਹਾਂ ਤੁਸੀਂ ਲਾਈ ਆ ਕੋਈ ਸਬਜ਼ੀ ਭਾਜੀ ਹਾਂ ਸਾਡੇ ਵੀ ਲਾ ਰੱਖੀ ਆ ਅੱਛਾ ਕੱਦੂ ਕੁੱਦੂ ਜੇ ਹਾਂ ਲਾ ਲਿਆ ਕਰੋ ਪੁੱਤ ਮਿਰਚਾਂ ਤਾਂ ਬਹੁਤ ਲੱਗ ਰਹੀਆਂ ਨੇ ਹਾਂ ਬਥੇਰੀਆਂ ਚਾਰ ਪਾ ਲਈ ਪੁੱਤ ਲਿਜਾ ਕੇ ਚਾਰ ਵਾਲੀਆਂ ਮਿਰਚਾਂ ਚਾਰ ਵਾਲੀਆਂ ਨੇ ਨਾ ਇਧਰ ਤਾਂ ਬਸ ਆਪਾਂ ਹੀ ਲਾਈ ਆ ਜੀਰੀ ਹਨਾ ਹੋਰ ਤਾਂ ਕਿਸੇ ਨੇ ਲਾਈ ਨਹੀਂ ਹਾਂ ਆਪਾਂ ਹੀ ਲਾਈ ਹੈਗੀ ਬਸ ਲਾਈ ਜਾਂਦੇ ਬਸ ਸਾਰੀ ਲਾ ਲੈਣਗੇ ਪੁੱਤ ਹੁਣ ਤਾਂ ਹਾਂ ਮਗਰ ਪੂਰੇ ਆਹੀ ਮਹੀਨਾ ਬਸ ਜੀਰੀ ਲੱਗਣ ਦਾ ਇੱਥੇ ਬਹਿ ਜਾ ਪੁੱਤ ਹਵਾ 'ਚ ਹਵਾ ਚੱਲਦੀ ਹੈ ਵਧੀਆ ਹਵਾ ਵਧੀਆ ਚੱਲਦੀ ਹੈ ਹੋਰ ਆਹੀ ਤਾਂ ਮੌਜ ਆ ਖੇਤਾਂ ਦੀ ਰੋਬ ਰੱਖਿਆ ਕਰ ਬੇਬੇ ਮਾੜਾ ਜਿਹਾ ਭਾਬੀ 'ਤੇ ਖਿੱਚ ਕੇ ਰੱਖਿਆ ਕਰ ਖਿੱਚ ਕੇ ਰੱਖਦੀ ਆ ਪੁੱਤ ਇਹ ਆਏ ਨੂੰ ਮੈਂ ਕੁਛ ਨਹੀਂ ਸਮਝਦੀ ਹੈਗੀ ਰੋਬ ਰੱਖਿਆ ਕਰ ਪੂਰਾ ਜਿਹੜੀ ਚੀਜ਼ ਜੇ ਚਾਹੀਦੀ ਹੁੰਦੀ ਪੂਰੀ ਰੋਬ ਨਾਲ ਲਿਆ ਕਰ ਰੋਬ ਨਾਲ ਹੀ ਲੈਣੀ ਆ ਅਸਲ ਤਾਂ ਤੂੰ ਸਾਡੇ ਨਾਲ ਹੀ ਚੱਲਦੀ ਪੁੱਤ ਮੈਂ ਫੇਰ ਆ ਜਾਊਂ ਫੇਰ ਕਿਹੜਾ ਤੁਸੀਂ ਦੂਰ ਹੋ ਚਲ ਆ ਜੀ ਫਿਰ ਕੋਈ ਨਹੀਂ ਪੁੱਤ ਤੈਨੂੰ ਚੜਾ ਜਾਈਏ ਚਲੀ ਚਲੋ ਕਰ ਲਈ ਤਿਆਰੀ ਹੈ ਮੋਰੀ ਹੋਰ ਬਾਈ ਰਹਿੰਦੇ ਨਾ ਨਾ ਹੀ ਬਸ ਚੰਗਾ ਹੀ ਫਿਰ ਚੰਗਾ ਚੰਗਾ ਬਣੇ ਚੰਗਾ ਹੀ ਠੀਕ ਹੈ ਬਈ ਠੀਕ ਹੈ ਚੰਗਾ ਪੁੱਤ ਲੈ ਤੀ ਪੈਸੇ ਅੰਤ ਰਹਿਣ ਦੀ ਮਾਂ ਨਹੀਂ ਕੋਈ ਨਾ ਬਾਲ ਲੀਆਂ ਨੂੰ ਖਾਲੀ ਨਹੀਂ ਪੁੱਤ ਤੋਰ ਦੇ ਚੰਗਾ ਹੀ ਚੰਗਾ ਪੁੱਤ ਆ ਜਾ ਬਈ ਆਵਾਂਗੇ ਬਈ ਆਵਾਂਗੇ ਆ ਜੀ ਚੰਗਾ ਬਾ ਤੂੰ ਵੀ ਆ ਜੀ ਕੋਈ ਨਹੀਂ ਪੁੱਤ ਆਉਂਗੀ ਲੋ ਵੀ ਰੋਟੀ ਲਿਆ ਦਹੀਂ ਲਿਆਂਦੀ ਪਾ ਲਾ ਜੀ ਦਹੀਂ ਨਾਲ ਤਾਂ ਜਮਾਈ ਨਹੀਂ ਹੈਗੀ ਜੀਰੀ ਆਇਆ ਕਰਕੇ ਨਾ ਦੁੱਧ ਨਹੀਂ ਬਚਿਆ ਹੈਗਾ ਚੱਸਾ ਤਾਂ ਖਾਈ ਜਾਂਦਾ ਸੀ ਉਹ ਬੇਬੇ ਕੱਲ੍ਹ ਵਾਲੀ ਸੀ ਉਹ ਖੱਟੀ ਸੀ ਨਾ ਮੈਂ ਜੇ ਤੈਨੂੰ ਦਿੰਦੀ ਹਾਂ ਮੈਂ ਤੇਰਾ ਗਲਾ ਖਰਾਬ ਹੋ ਜੂਗਾ ਅਤੇ ਬੇਬੇ ਦਾ ਸੁਭਾਅ ਨਹੀਂ ਬਦਲਦਾ ਹੈਗਾ ਬਿਨਾਂ ਗੱਲ ਤੋਂ ਕਲੇਸ਼ ਕਰਦੀ ਰਹਿੰਦੀ ਹੈ ਭੀੜ ਵਾਲੀ ਸੀ ਨਾ ਇਹਦੇ ਕਰਕੇ ਸੋਮਵਾਰ ਕਰਕੇ ਅੱਜ ਲੋਕਡਾਊਨ ਕਰਕੇ ਐਤਵਾਰ ਨੂੰ ਬੰਦ ਰਹਿੰਦੇ ਨਾ ਹੋਰ ਬਾਹਲੀ ਗਰਮੀ ਹੈ ਕਿੱਧਰ ਗਏ ਸੀ ਬਾਜ਼ਾਰ ਗਏ ਤੇ ਮਾਂ ਕੀ ਲਿਆਏ ਸੂਟ ਦਵਾ ਕੇ ਲਏ ਨੇ ਅੱਛਾ ਨਾ ਜੱਸੇ ਨੂੰ ਮੇਰੇ ਲਈ ਨਹੀਂ ਇੱਕ ਸੂਟ ਸਰਿਆ ਮਾਂ ਇਹਦੇ ਕੋਲ ਹੈ ਨਹੀਂ ਦੀ 6 ਮਹੀਨੇ ਹੋ ਗਏ ਇਹਦੇ ਕੋਲ ਆਉਣ ਜਾਣ ਵਾਲਾ ਹੈ ਨਹੀਂ ਸੀ ਨਾ ਕੋਈ ਜਾਣਾ ਪੈ ਜਾਂਦਾ ਕਿਤੇ ਨਾ ਕਿਤੇ ਤਾਂ ਰੇ ਸੁਣ ਤਾਂ ਪਿਛਲੇ ਮਹੀਨੇ ਲਿਆ ਕੇ ਦਿੱਤਾ ਸੂਟ ਤਾਂ ਕਰਕੇ ਜਮੀ ਨਹੀਂ ਹੈਗਾ ਸੀਗਾ ਉਹ ਘਰੇ ਪਾ ਲਏ ਇਹਨੇ ਆਉਣ ਜਾਣ ਵਾਲੇ ਵੀ ਸਾਰੇ ਚੰਗਾ ਭਾਈ ਇਹਨੂੰ ਕਰਾ ਇਸਾਂ ਬੇਬੇ ਤਾਂ ਬਹਾਨੇ ਲੱਗਦੀ ਰਹਿੰਦੀ ਹੈ ਲੜਨ ਦੇ ਸਾਰਾ ਦਿਨ ਦੇਖੀ ਪੁੱਤ ਮਾਨੀ ਪਰਸੋਂ ਨਾ ਮਾਨਸਾ ਗਏ ਪਾਲ ਨੂੰ ਤਾਂ ਸੂਟ ਦਵਾ ਲਿਆ ਆ ਅਤੇ ਮੈਨੂੰ ਨਹੀਂ ਲਿਆ ਕੇ ਦਿੱਤਾ ਅਤੇ ਤੈਨੂੰ ਵੀ ਲਿਆ ਦਿੰਦਾ ਦੋ ਸੂਟ ਗਰਮੀ ਵਾਲੇ ਤੇਰੇ ਵਾਲੀ ਕਿਹੜੇ ਪੈਸੇ ਮੁੱਕਦੇ ਸੀਗੇ ਕਾਹਨੂੰ ਇਹੀ ਉਂਗਲਾਂ ਲਾਉਂਦੀ ਹੈ ਉਹ ਤਾਂ ਮਾਂਗਰ ਲੱਗ ਜਾਂਦਾ ਬਾਹਲੀ ਪਾਪਣ ਹੈਗੇ ਇਹ ਜਾਣਦੀ ਹਾਂ ਮੈਂ ਇਹਨੂੰ ਐਦੋਂ ਵੱਡਾ ਪਾਪੀ ਤਾਂ ਬਾਈ ਹੈਗਾ ਫਿਰ ਤੂੰ ਕਹਿ ਦਿੰਦੀ ਹੈ ਮਗਰ ਲੱਗਿਆ ਹੋਇਆ ਉਹ ਤਾਂ ਪੁੱਤ ਤੂੰ ਸਹੀ ਕਹਿੰਦੀ ਹੈ ਬੇਬੇ ਮੈਂ ਇੱਥੋਂ ਹੋਰ ਬਰਦਾਸ਼ਤ ਨਹੀਂ ਹੁੰਦਾ ਤੇਰੇ ਜ਼ੁਲਮ ਤੂੰ ਮੇਰੇ ਕੋਲ ਹੀ ਚੱਲ ਤੇਰੇ ਸਾਹਮਣੇ ਤੇਰੇ ਨਾ ਤੇਰੇ ਜਵਾਈ ਨੂੰ ਕੋਈ ਇਤਰਾਜ਼ ਆ ਮੈਨੂੰ ਤਾਂ ਹੋਣਾ ਹੀ ਕੀ ਆ
कोई नहीं पुत, मैं आऊँगी थोड़े को थोड़े दिन तक, नाले ना जेडे मेरे लवे दो किले ने ना वो मैं थोड़े नौ लवा के ना जाबी मकाऊंगी, फिर पा लैन कितों सूट पाउंगे, ले लैन मैं इतों टिंटियाँ। फिर यही तो मैं चाहती सी। ਮਣੀ ਆ ਗਈ। ਸਤਿ ਸ਼੍ਰੀ ਅਕਾਲ। ਹੋਰ ਕਦੋਂ ਕਾਈ ਸੀ? 20 ਮਿੰਟ ਹੋ ਗਏ ਭਈ ਆਈ ਨੂੰ। ਅੱਛਾ, ਹੋਰ ਰਹੇਂਗੀ ਅੱਜ? ਨਾ ਨਾ ਜਾਊਂਗੀ ਭਈ, ਮੂੰਹ ਹੀ ਬਸ ਮੇਰਾ ਤਾਂ ਜੀ ਆ ਕੇ ਰਹੇ ਮਾਂ ਨੂੰ ਮਿਲਣ ਨੂੰ, ਮੈਂ ਕਿਹਾ ਚੱਲ ਜਾ ਕੇ ਆਉਣੀ ਆ। ਅੱਛਾ, ਚੱਲ ਵਧੀਆ ਕਰਿਆ। ਮੈਂ ਤਾਂ ਚਾਹ ਲੈਣ ਆਇਆ ਸੀਗਾ ਖੇਤ, ਦੋ ਬੰਦੇ ਪੁੱਛੇ ਹੋਏ ਨੇ। ਅੱਛਾ ਅੱਛਾ, ਚਲੋ ਬੈਠੋ ਫਿਰ। ਕੋਈ ਨਾ ਭਈ। ਪਾਲ ਆ ਚਾਹ ਪਾ ਦੇ ਕੇ ਰੱਖ ਖੇਤ ਵਾਲੇ ਬੰਦਿਆਂ ਨੇ। ਮਨੀ ਆਈ ਹੋਈ ਆਪਣੀ? ਹਾਂ ਮਿਲ ਗਈ ਸੀ ਮਨੀ ਤਾਂ। ਤੇ ਐਂ ਕਰੀ ਫਿਰ, ਮੈਂ ਤਾਂ ਜਾਣਾ ਖੇਤ, ਤੂੰ ਬੰਨਦੀ ਡੰਗਰ ਹੈ ਨਾ? ਕੋਈ ਨਾ, ਬੰਨ ਤੂੰ, ਮੈਂ ਫਿਰ ਤੁਸੀਂ ਰਹਿ ਜਾਓ। ਸੰਨੀ ਸੁੰਨੀ ਬਰਲਾ ਕੇ ਬੰਨਦੀ ਨਾਲੇ, ਫਿਰ ਹੱਥ ਨੇ ਹਰਾ ਵੱਢ ਲਿਆ ਮੰਗਾਉਂਦੇ ਹੋਏ। ਆਮਦਨ ਥੋੜ੍ਹੀ ਹੈ, ਮਹਿੰਗਾਈ ਜ਼ਿਆਦਾ ਹੈ, ਬਚਦਾ ਬਚਾਉਂਦਾ ਕੁਛ ਨਹੀਂ ਹੈਗਾ। 2 ਲੱਖ ਰੁਪਈਆ ਅੜਤੀਏ ਨੇ ਕੱਟਤਾ ਇਤਕੇ, 2,05,000 ਰੁਪਈਆ। ਇਦੋਂ ਵੱਧ ਤਾਂ ਹੁਣ ਕੋਈ ਫਸਲ ਵੀ ਨਹੀਂ ਨਿਕਲਦੀ ਖੇਤੀ 'ਚੋਂ, ਹੁਣ ਤਾਂ ਇੰਡਾ ਜਮਾ ਆ। ਆਹ ਲੋਕਡਾਊਨ 'ਚ ਹਰੇਕ ਚੀਜ਼ ਡੂਡੀ ਹੋ ਗਈ, ਮਹਿੰਗਾਈ ਇੰਨੀ ਵੱਧ ਗਈ, ਬੁਰਾ ਹਾਲ ਹੈ ਸਭ ਕਾਸੇ ਦਾ। ਬੀਬੇ ਤੁਸੀਂ ਕਿੱਧਰ ਚੱਲ ਪਏ? ਮੈਂ ਮਨੀ ਕੋਲ ਜਾ ਕੇ ਆਉਂਦੀ ਹਾਂ। ਅੱਛਾ, ਕਿਵੇਂ? ਖੈਰ ਹੈ? ਖੈਰ ਹੀ ਹੈ, ਕਹਿ ਕੇ ਗਈ ਸੀ ਮੈਂ ਚੱਲ ਜਾ ਆਉਂਦੀ ਹਾਂ। ਜਦ ਮੈਂ ਛੱਡਿਆ ਉਹਨਾਂ ਅੱਡੇ ਤੱਕ ਨਾ ਚੱਲ ਵਗ ਜੂੰਗੇ ਤੁਰ ਕੇ, ਅੱਡਾ ਕਿਹੜਾ ਦੂਰ ਹੈ। ਤੇਰੀ ਤਾਂ ਨਹੀਂ ਕੋਈ ਗੱਲ ਹੋਈ ਬੇਬੇ ਨਾਲ? ਨਾ ਨਾ, ਮੇਰੀ ਤਾਂ ਕੋਈ ਗੱਲ ਨਹੀਂ ਹੋਈ ਬੇਬੇ ਨਾਲ। ਜੇ ਬੇਬੇ ਸੋਕਾ ਕੁਛ ਕਹੇ ਮੈਂ ਤਾਂ ਗੱਲ ਟਾਲ ਜਾਂਦੀ ਹੁੰਦੀ ਹਾਂ, ਮੈਂ ਤਾਂ ਆਪ ਟਾਲ ਜਾਂਦੀ ਹੁੰਦੀ ਹਾਂ ਫਿਰ। ਚੱਲ ਊਂ ਜੀ ਕਰਦਾ ਹੁਣ, ਹੁਣ ਤੁਸੀਂ ਕੋਲ ਵਗ ਜਾਂਦਾ ਬੰਦਾ। ਚੱਲ ਕੋਈ ਨਹੀਂ, ਆ ਜੂਗੀ ਦੋ ਦਿਨਾਂ ਨੂੰ। ਚੱਲ ਮੇਰੇ ਆਉਣ 'ਤੇ ਲੱਕੀ ਵਰਗੇ ਖੇਤ ਗਏ ਨੇ? ਹੋਰ ਮੈਂ ਠੀਕ ਸੀ ਸਾਰੇ? ਹਾਂ ਠੀਕ ਤੇ ਪੁੱਤ, ਵਧੀਆ। ਬੋਲੇ ਨੀ ਕੁਛ? ਫਿਰ ਲੈ ਬੋਲੀ ਜਾਣ, ਫਿਰ ਬੋਲਦੇ ਤਾਂ ਹੈਗੇ ਸੀ, ਫਿਰ ਧੀ ਕੋਲੇ ਤਾਂ ਆਉਣਾ ਹੀ ਸੀ। ਅੱਛਾ, ਹਾਂ ਆਪੇ ਬੋਲ ਕੇ ਰਹਿ ਜਾਣਗੇ, ਮੈਂ ਡਰਦੀ ਡੁਰਦੀ ਨਹੀਂ ਉਹਨਾਂ ਤੋਂ। ਚੱਲ ਮੈਂ ਏ ਸੀ ਲੈ ਕੇ ਮੇਰੇ 'ਚ ਬੱਚ, ਚੱਲ ਮੈਂ ਚਾਹ ਪਾਣੀ ਪੀਣੀ ਤੇਰੇ ਵਾਸਤੇ। ਚੰਗਾ ਪੁੱਤ। ਲੱਕੀ ਪੁੱਤ, ਕਚਹਿਰੀਆਂ ਖੁੱਲੀਆਂ ਹੁੰਦੀਆਂ ਨੇ ਹੁਣ? ਹਾਂ ਖੁੱਲੀਆਂ ਨੇ ਜੀ। ਅੱਛਾ ਪੁੱਤ, ਫਿਰ ਮੈਂ ਤੁਹਾਡੇ ਨਾਮ ਕਰਾ ਦਿੰਦੀਆਂ ਨੇ, ਮੇੜ ਹੀ ਦਿੰਦੀਆਂ ਕੰਮ। ਅੱਛਾ, 2 ਕਿੱਲੇ ਜ਼ਮੀਨ ਦੇ ਜਿਹੜੇ ਮੇਰੇ ਲਵੇ ਹੈਗੇ ਨੇ। ਅੱਛਾ ਅੱਛਾ, ਹਾਂ ਨਾ ਉਹ ਤਾਂ ਆਪਣਾ ਹੈਗਾ, ਤਹਿਸੀਲਦਾਰ ਦੇ ਬੰਦਾ ਵਧੀਆ ਹੈਗਾ ਆਪਣੇ ਇੱਥੇ। ਅੱਛਾ, ਹਾਂ ਆਪਣਾ ਤਾਂ ਕੰਮ ਹੋਇਓ। ਚੱਲ ਪੁੱਤ ਫਿਰ ਕਰਾ ਲਓ। ਹਾਂ ਨਾ ਕੋਈ ਨਹੀਂ, ਅੱਜ ਹੀ ਵਗ ਜੂੰਗਾ, ਵਧੀਆ ਨਵੇੜੋ ਕੰਮ, ਨਾਲੇ ਉਹਨਾਂ ਨੂੰ ਫੇਰ ਹੀ ਲੱਗੂ ਪਤਾ। ਚੰਗਾ ਠੀਕ, ਅੱਜ ਹੀ ਵਗ ਜਾਂਦੇ। ਚੱਲ ਮੈਂ ਕੱਢਦਾ ਨਹੀਂ ਗੱਡੀ ਬਾਹਰ ਫਿਰ। ਚੰਗਾ ਪੁੱਤ। ਪਾਲ ਆਉਣੀ ਆ, ਪਾਣੀ ਦਾ ਲਈ ਗਲਾਸ ਲਿਆਉਣੀ। ਕਿਵੇਂ ਦੱਸ ਜੇ ਲੱਗਦੇ ਹੋ?
उदास के तो वही काम करता माँ ने था वो दो किले मणि दे नौ करते मिंदर नंबरदार मिले जी का अच्छा और ये तो बहुत माड़ा किता मणि ने तो साडा हक ही मार लिया मणि दी ते प्रोणे दी ता जमीन ते हक सी मैं तो पहली मैं तो शक सी उन्हें भी लालची नजर आई लगी उन्होंने अपनी वफादारी का बेबे ने यह मुल पाया चल कोई ना फिक्र ना करो हूँ मनी सामूगी उन्हू आप तो कोई ना दो किलों से गुजारा कर लाँगे औखे सौखे कोई गल नहीं चल फिक्र करके की है होना जो लवाई दी अपनी तो परमात्मा से डोरी है अपन होर बधाऊगा माँ तू सारा दुध पी जानी है साढ़े जवाकों ने भी दुध पीना होंगे गा मैनू पता दुद्ध नाल दवाई दसा डॉक्टर ने यह जहाँ कहे डॉक्टर जो किलो दुध नाल दवाई लैनी है मेरी दवाई पहला तो ही चलती है पता दुध नाल दवाई किलो दुध नाल तो लैनी फिर तू दवाई तू तो सारा दुध पी जानी है लिया फड़ाऊगा चार महीने हो गए मैनू आने बहाने देख दी तुम तो मैनू क्ढन न फिर हो जो मैं इतों जमीन लिखाई थी उदों तो गल् सोडिया होर सी हूँ होर हो गई ਬਾਰੇ ਬਕਵਾਸ ਨਾ ਕਰੋ ਵੀ ਸਾਡੀਆਂ ਗੱਲਾਂ ਹੁਣ ਹੋਰ ਕੀ ਹੋ ਗਈਆਂ ਮੇਰੀਆਂ ਗੱਲਾਂ ਤਾਂ ਬਕਵਾਸ ਹੀ ਲੱਗਣਗੀਆਂ ਪੁੱਤ ਛੋਟਾ ਮਤਵਾਲ ਨਿਕਲ ਗਿਆ ਕਮਲੀ ਤਾਂ ਮੈਂ ਸੀਗੇ ਇਹਨਾਂ ਨੇ ਦੋ ਕਿੱਲੇ ਜ਼ਮੀਨ ਦੇ ਨਾਂ ਕਰਤੇ ਛੋਟੇ ਤੁਹਾਨੂੰ ਜ਼ਮੀਨ ਦਾ ਸੁਣਾਉਣ ਲੱਗ ਗਈ ਤੇਰੇ ਆਮ ਦੀ ਲੱਛਣ ਨਹੀਂ ਸੀਗੇ ਭਾਬੀ ਤੇ ਜੱਸਾ ਤੇਰੇ ਇੰਨੀ ਗੁਣ ਸੇਵਾ ਕਰਦੇ ਸੀਗੇ ਉਦੋਂ ਤਾਂ ਤੂੰ ਵੀ ਉਂਗਲਾਂ ਲਾਉਂਦੀ ਸੀ ਮੇਰੇ ਨੂੰਹ ਪੁੱਤ ਦੇ ਖਿਲਾਫ਼ ਮੈਂ ਛੋਟੀਆਂ ਉਂਗਲਾਂ ਦੇ ਮਗਰ ਲੱਗ ਕੇ ਮੈਂ ਆਪਦੇ ਨੂੰਹ ਪੁੱਤ ਨੂੰ ਛੱਡ ਬੈਠੀ ਤੈਨੂੰ ਬਾਲਾ ਹੇਜ ਆਉਂਦਾ ਉਹਦੇ ਨੂੰ ਪੁੱਤ ਦਾ ਮੁੜੀਏ ਤੁਰਦੀ ਬਣ ਇੱਥੋਂ ਹਾਂ ਤੁਰ ਜਾ ਬੇਬੇ ਉਹਨਾਂ ਕੋਲ ਹੀ ਵਗ ਜਾ ਸਾਡੀ ਜਾਨ ਛੱਡ ਨਾ ਹੁਣ ਤੁਸੀਂ ਮੈਨੂੰ ਕੱਢੋਗੇ ਜ਼ਮੀਨ ਲਵਾ ਕੇ ਤੇ ਅਸੀਂ ਕਿਹੜਾ ਤੈਨੂੰ ਉੱਥੇ ਡਿੱਗਣਾ ਪਊ ਮੈਨੂੰ ਜਾ ਕੇ ਅਸੀਂ ਕਿਹੜਾ ਤੈਨੂੰ ਕਿਹਾ ਸੀ ਸਾਡੇ ਨਾਲ ਜ਼ਮੀਨ ਲਵਾ ਤੂੰ ਆਪ ਹੀ ਆਈ ਸੀ ਭੱਜ ਕੇ ਵਧੀਆ ਹੋ ਗਿਆ ਬੁੜੀ ਬਾਗੀ ਕਿਹੜਾ ਛੁੱਟਿਆ ਪਰਾਂ ਹੋਰ ਵਧੀਆ ਵਾਗੀ ਆਪਣੇ ਤਾਂ 17-19 ਕਰ ਗਈ ਵਧੀਆ ਗਈ ਰਲਾ ਸੀ ਸੰਨੀ ਤਾਂ ਅੱਜ ਰਲਾ ਦੇਣਾ ਅੱਜ ਕਿਵੇਂ ਯਾਦ ਆ ਗਈ ਸਾਡੀ ਮਾਂ पुत मैं तो बहुत बड़ी गलती कर ली मेरे तो अखा ते पड़दा पै गया मैं तो मनी दे वांगर लग के बहुत गलती कर ली बेबे तू इन्ना तो सोच लेंदी भी तू मनी के कोले तो 17 किले ने 17-19 करते नाले वो तो ठेके ठुके ते भी लवान ले लैंदे ने आपदे पुत दे 4-2 करते ते 2 किले नाल हुण मैं दस की करूँगा इन्ना तो तू सोचना सीगा भी मेरा पुत की करूँगा की कमाऊगा की खाऊगा ਲਪਾਲ ਤੈਨੂੰ ਮਾਂ ਮਾਂ ਸਮਝ ਕੇ ਤੇਰੀ ਸੇਵਾ ਕਰਦੀ ਸੀ ਦਵਾਈ ਦੱਪੇ ਤੋਂ ਕਦੇ ਤੈਨੂੰ ਖੁੰਝਣ ਨਹੀਂ ਦਿੱਤਾ ਟਾਈਮ 'ਤੇ ਤੈਨੂੰ ਦਵਾਈ ਦੁੱਧ ਬਾਅਦ ਵੀ ਆਪ ਕਾਲੀ ਚਾਹ ਪੀ ਲੈਂਦੀ ਪਰ ਤੈਨੂੰ ਕਦੇ ਦੁੱਧ ਤੋਂ ਬਿਨਾਂ ਨਹੀਂ ਰਹਿਣ ਦਿੱਤਾ ਸੀ ਇਹੀ ਜਿਹੀ ਨੂੰਹ ਤੈਨੂੰ ਮਿਲਣੀ ਹੈ ਕਿਤੇ ਤੂੰ ਉਹਦੇ ਮਣੀ ਦੀ ਚੁੱਕ ਚਾਹ ਕੇ ਤੂੰ ਉੱਧਰ ਨੂੰ ਆਪਦਾ ਚੱਕ ਕੇ ਝੋਲਾ ਤੁਰ ਪਈ ਤੂੰ ਸੋਚਣਾ ਤਾਂ ਹੈਗਾ ਤੀ ਮਾੜਾ ਮੋਟਾ ਵੀ ਲਾਲਚ ਦੇ ਮਾਰੇ ਨਾ ਮੈਨੂੰ ਲੈ ਕੇ ਜਾਂਦੇ ਹੋਣ ਕਿਤੇ ਪੁੱਤ ਜਿਹੜਾ ਤੁਹਾਡੇ ਨਾਲ ਮੈਂ ਪਾਪ ਕੀਤਾ ਪੁੱਤ ਮੈਨੂੰ ਢੋਈ ਨਹੀਂ ਮਿਲਣੀ ਮੈਨੂੰ ਨਰਕਾਂ 'ਚ ਵੀ ਜਗ੍ਹਾ ਨਹੀਂ ਮਿਲਣੀ ਮੈਂ ਤੁਹਾਡੇ ਨਾਲ ਬੜਾ ਧੋਖਾ ਕਰਿਆ ਪੁੱਤ ਮਨ ਤਾਂ ਮੇਰਾ ਵੀ ਬਹੁਤ ਫਿੱਕ ਪੈ ਗਿਆ ਤੀ ਮਾਂ ਕਰੀਓ ਪਰ ਮਾਫ਼ ਕਰ ਦਿਓ ਤੁਸੀਂ ਮੇਰੇ ਤੋਂ ਰੋਂਦੀ ਝੱਲੀ ਨਹੀਂ ਜਾਂਦੀ ਇਹ ਅਗ ਤੁਹਾਨੂੰ ਤਾਂ ਮਾਂ ਹੈ ਆਪਣੀ ਜੇ ਹੁਣ ਮਨੀ ਨੇ ਧੱਕਤੀ ਆਪਾਂ ਤਾਂ ਨਹੀਂ ਧੱਕ ਸਕਦੇ ਫਿਰ ਵੀ ਮਾਂ ਹੈ ਆਪਣੀ ਤਾਂ ਠੀਕ ਹੈ ਮਾਵਾਂ ਤਾਂ ਪੁੱਤਾਂ ਤੋਂ ਮਾਫ਼ੀ ਨਹੀਂ ਮੰਗਦੀਆਂ ਹੁੰਦੀਆਂ ਪੁੱਤ ਮੰਗਦੇ ਹੁੰਦੇ ਨੇ ਮਾਵਾਂ ਤੋਂ ਮੰਗਦੇ ਹੁੰਦੇ ਨੇ ਚਾ ਕੋਈ ਨਾ ਅੰਦਰ ਚੱਲ ਮਾਂ ਕੋਈ ਨਾ ਉਹਨਾਂ ਨੇ ਤਾਂ ਜਿਹੜੀ ਕਰਤੀ ਕਰਤੀ ਲਾਲਚੀ ਉਹਨਾਂ ਦਾ ਤਾਂ ਮੂੰਹ ਹੀ ਦੀਂਦਾ ਸੀ ਬਹਿ ਜਾ ਮਾਂ ਜਾਂ ਪਾਣੀ ਪੁਣੀ ਲਿਆ ਕੇ ਦੇ ਮਾਂ ਹਾਂਜੀ ਸਤਿ ਸ਼੍ਰੀ ਅਕਾਲ ਹੁਣ ਵਾਰੀ ਹੈ ਕਮੈਂਟਾਂ ਦੀ ਹਰਦੀਪ ਗਰੇਵਾਲ ਐਪਲਵੇਲੀ ਪਰਮਜੀਤ ਕੌਰ ਖੱਟੜਾ ਬਲਜਿੰਦਰ ਕੌਰ ਮਲੇਸ਼ੀਆ ਬਲਵਿੰਦਰ ਸਿੰਘ ਜਮਨਾ ਨਗਰ ਸ਼ਰਨਜੀਤ ਕੌਰ ਗੁਰਮਿੰਦਰ ਸਿੰਘ ਬਾਈਆ ਹਰਜਿੰਦਰ ਸਿੰਘ ਕਾਕਾ ਜੋਗਿੰਦਰ ਕੌਰ ਮਾਸਟਰ ਮੱਲ ਸਿੰਘ ਵੀਰੋ ਕੇ ਅਮਨਦੀਪ ਮੌੜ ਮਨਜੀਤ ਕੌਰ ਸਲੇਮ
ਉੱਪਰ ਅਤੇ ਸਰਬਜੀਤ ਕੌਰ ਬਰਨਾਲਾ, ਦੀਪ ਸਿੱਧੂ ਫਾਫੜੇ, ਗੁਰਪ੍ਰੀਤ ਮਿਸਤਰੀ ਪੱਪੀਆਣਾ, ਧਰਮਿੰਦਰ ਸ਼ਰਮਾ ਬਠਿੰਡਾ, ਖੁਸ਼ਵੰਤ ਸਿੰਘ ਢਿੱਲੋਂ, ਮਦਨ ਲਾਲ ਅਬਦੁੱਲ ਸ਼ਕੂਰ, ਕੁਲਦੀਪ ਕੌਰ ਗੁੜਗਾਉਂ, ਲਖਵੀਰ ਸਿੰਘ, ਸਿਮਰਨ ਪੰਨੂ, ਨਵਜੀਤ ਕੌਰ, ਸੰਦੀਪ ਸਿੰਘ ਗੁਦਰਾਣਾ, ਸੁਖਪਾਲ ਕੌਰ, ਪ੍ਰਵੀਨ ਕਟਾਰੀਆ, ਗੁਰਦੀਪ ਕੌਰ ਸਾਦਰਾ, ਐਚ ਕੇ ਚਾਵਲਾ, ਚੰਡੀਗੜ੍ਹ। ਹਾਂਜੀ, ਧੰਨਵਾਦੀ ਅਸੀਂ ਤੁਹਾਡੇ ਜਿਹੜੇ ਸਾਨੂੰ ਵਧੀਆ ਵਧੀਆ ਕਮੈਂਟ ਕਰਦੇ ਹੋ, ਵੀਡੀਓ ਦੇ ਨੀਚੇ ਪਸੰਦ ਕਰ ਰਹੇ ਹੋ ਵੀਡੀਓ ਨੂੰ। ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ, ਇਸੇ ਤਰ੍ਹਾਂ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਰਹੋ। ਧੰਨਵਾਦ ਜੀ, ਸ਼ੁਕਰੀਆ, ਮਿਹਰਬਾਨੀ। ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਸਾਡੀ ਵੀਡੀਓ ਥੱਲੇ ਨਾ ਦੇਖਿਆ ਕਰੋ, ਰਿਸ਼ਤੇਦਾਰਾਂ ਨੂੰ ਜ਼ਰੂਰ ਦਿਖਾਇਆ ਕਰੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸਾਡਾ ਚੈਨਲ ਹੈ ਜੀ ਪੇਂਡੂ ਵਿਰਸਾ।